ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਸ਼ਾਮ 5 ਵਜੇ ਤੱਕ ਦੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਤੇ ਪੰਜਾਬ ਦੇ ਨਾਲ ਨਾਲ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਰਿਆ ਪੰਜਾਬ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰਾਂ ਆ ਉੱਥੇ ਬਣੀਆਂ ਹੋਈਆਂ ਤੇ ਐਕਸਾਈਜ਼ ਪਾਲਿਸੀ ਦੇ ਉੱਪਰ ਨਵਜੋਤ ਸਿੰਘ ਸਿੱਧੂ ਨੇ ਵੀ ਸਵਾਲ ਖੜੇ ਕਰ ਦਿੱਤੇ ਆ ਸਿੱਧੂ ਨੇ ਕਿਹਾ ਕਿ ਇਸ ਨੂੰ ਸਿੱਧੂ ਨੇ ਜੋ ਨਾਮ ਦਿੱਤਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਚੋਰੀ ਤੇ ਸਿਨਾਜ਼ੋਰੀ ਹੈ ਜੋ ਕੀਤਾ ਜਾ ਰਿਹਾ ਜਾਂ ਹੋਇਆ ਚੁਕਿਆ ਹੈ ਸਿੱਧੂ ਨੇ ਕਿਹਾ ਕਿ ਇਹ ਵੱਡੀ ਜਿਹੜੀ ਹੈਗੀ ਹੈ ਇੱਕ ਵੱਡਕ ਕਪਲਾ ਹੈ ਐਕਸਾਈਜ਼ ਪਾਲਿਸੀ ਦੇ ਤਹਿਤ ਉਹਨਾਂ ਨੇ ਕਿਹਾ ਕਿ ਇੱਕ ਬਹੁਤ ਵੱਡੀ ਚੋਰੀ ਹੈ ਤੇ ਇਸ ਨੂੰ ਠੀਕ ਠਹਿਰਾਉਣ ਦੀ ਕੋਸ਼ਿਸ਼ ਦੇ ਵਿੱਚ ਸਿਨਾਜ਼ੋਰੀ ਹੋ ਰਹੀ ਹੈ ਸਿੱਧੂ ਨੇ ਕਿਹਾ ਕਿ ਪਾਲਿਸੀ ਗਲਤ ਸੀ ਤਾਂ ਹੀ ਵਾਪਸ ਲੈਣੀ ਪਈ ਹੈ ਜੇ ਸਹੀ ਹੁੰਦੀ ਤਾਂ ਵਾਪਸ ਨਾ ਲੈਂਦੇ ਹੈਰਾਨੀ ਵਾਲੀ ਗੱਲ ਹੈ ਕਿ ਇਸ ਗਲਤ ਪਾਲਿਸੀ ਨੂੰ ਪੰਜਾਬ ਦੇ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਸਿੱਧੂ ਨੇ ਸਵਾਲ ਖੜੇ ਕੀਤੇ ਸ਼ਰਾਬ ਦੇ ਠੇਕੇਦਾਰਾਂ ਦੀ ਕਮਾਈ ਵਧਾ ਦਿੱਤੀ ਹੈ ਸਟੇਟ ਦੀ ਆਮਦਨ ਘਟਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਸ ਸੂਬੇ ਦੇ ਵਿੱਚ ਖਪਤ ਵਧੀ ਹੈ ਸ਼ਰਾਬ ਦੀ ਪੰਜਾਬ ਦੇ ਵਿੱਚ ਖਪਤ ਵਧੀ ਹੈ ਪਰ ਆਮਦਨ ਜਿਹੜੀ ਹੈ ਉਹ ਘਟੀ ਹੈ ਕੀ ਕਾਰਨ ਹੈ ਸਿੱਧੂ ਨੇ ਕਿਹਾ ਉਸ ਦਾ ਵੇਹ ਨਾਲ ਜ਼ਿਕਰ ਕੀਤਾ ਕਿ ਸਿੱਧਾ ਸਿੱਧਾ ਠੇਕੇਦਾਰਾਂ ਨੂੰ ਜਿਹੜਾ ਉਹਨਾਂ ਦੀ ਆਮਦਨ ਵਧਾ ਦਿੱਤੀ ਹੈ ਸਿੱਧੂ ਨੇ ਇਹ ਵੀ ਕਿਹਾ ਹੈ ਕਿ ਐਕਸਾਈਜ਼ ਪਾਲਿਸੀ 200 ਜਾਂ 300 ਕਰੋੜ ਦੀ ਕੋਟਾਲਾ ਜਿਹੜਾ ਹੈਗਾ ਇਹ ਨਹੀਂ ਹੈ ਸਗੋਂ 4 ਕਰੋੜ ਦੀ ਹੈ ਤੇ ਕਪਲਾ ਵੀ ਇਸ ਤੋਂ ਕਈ ਗੁਣਾ ਵੱਡਾ ਹੈ ਉਹਨੇ ਕਿਹਾ ਕਿ ਕੇਜਰੀਵਾਲ ਨੂੰ ਸਵਾਲ ਕਰਦੇ ਆ ਪੁੱਛਿਆ ਕਿ ਪੰਜਾਬ ਦੇ ਵਿੱਚ 5000 ਕਰੋੜ ਦੀ ਆਮਦਨ ਵਧਾਉਣ ਰੇਤੇ ਤੋਂ 20000 ਕਰੋੜ ਦੀ ਸਰਕਾਰੀ ਜਿਹੜੇ ਹੈ ਆਮਦਨ ਲੈ ਕੇ ਆਉਣ ਦਾ ਵਾਅਦਾ ਕੀਤਾ ਸੀ ਸਵੇਰੇ ਦੇ ਵਿੱਚ ਪਰ ਇਹ ਗੱਲਾਂ ਹੋਈਆਂ ਕਿੱਥੇ ਐ ਨਤੀਜਾ ਕੀ ਐ ਪੰਜਾਬ ਕਿੱਥੇ ਜਾ ਰਿਹਾ ਪੰਜਾਬ ਸਰਕਾਰ ਦੀ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਜਿਹੜੀ ਹੈ ਬੁਲਾ ਲਈ ਗਈ ਐ ਤੇ ਇਹ ਬੈਠਕ ਜਿਹੜੀ ਐ 6 ਨਵੰਬਰ ਨੂੰ ਹੋਵੇਗੀ ਦਿਨ ਸੋਮਵਾਰ ਐ ਸਵੇਰੇ 11 ਵਜੇ ਜਿਹੜੀ ਐ ਪੰਜਾਬ ਸਿਵਲ ਸਕੱਤਰੇਤ 1 ਦੇ ਕਮਰਾ ਨੰਬਰ ਦੂਸਰਾ ਅ ਦੂਸਰੀ ਮੰਜ਼ਲ ਦੇ ਵਿੱਚ ਜਿਹੜੀ ਹੈ ਉਹ ਹੋਵੇਗੀ ਕਮੇਟੀ ਕਮਰੇ ਦੇ ਵਿੱਚ ਤਾਂ ਅ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਏਜੰਡਾ ਕੀ ਰੱਖਿਆ ਹੈ ਇਹ ਜਾਰੀ ਨਹੀਂ ਕੀਤਾ ਗਿਆ ਔਰ ਉਮੀਦ ਜਿਤਾਈ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜੋ ਕੇਸ ਸਰਕਾਰ ਨੇ ਜੋ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਨੂੰ ਲੈ ਕੇ ਰਾਜਪਾਲ ਵੱਲੋਂ ਓਬਜੈਕਸ਼ਨ ਕੀਤੇ ਗਏ ਸੀ ਇਸ ਮੁੱਦੇ ਦੇ ਉੱਪਰ ਵੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਸੁਨਾਮ ਪਟਿਆਲਾ ਮੁੱਖ ਮਾਰਗ ਤੇ ਪੈਂਦੇ ਪਿੰਡ ਮਦਰਖੇੜਾ ਨੇੜੇ ਵੀਰਵਾਰ ਸਵੇਰੇ ਵਾਪਰ ਇੱਕ ਭਿਆਨਕ ਸਰਖਾਸੇ ਦੇ ਵਿੱਚ ਇੱਕ ਬੱਚੀ ਤੇ ਛੇ ਬੱਚੀ ਦੇ ਸਮੇਤ 6 ਲੋਕਾਂ ਦੀ ਮੌਤ ਹੋ ਜਾਂਦੀ ਹੈ ਇਹ ਹਾਦਸਾ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਕਰੀਬ 1:30 ਵਜੇ ਵਾਪਰਦਾ ਜੋ ਸਥਾਨਕ ਲੋਕਾਂ ਦੇ ਅਨੁਸਾਰ ਸਾਹਮਣੇ ਤੋਂ ਇੱਕ ਟੈਂਕਰ ਆ ਰਿਹਾ ਹੁੰਦਾ ਟਰਾਲੀ ਟਰਾਲੀ ਦੇ ਅੱਗੇ ਟਰਾਲਾ ਮਾਫ ਕਰਨਾ ਟਰਾਲਾ ਤੇ ਟਰਾਲੇ ਦੇ ਅੱਗੇ ਮਰੂਤੀ ਕਾਰ ਜਾ ਰਹੇ ਹੁੰਦੇ ਤੇ ਸਾਹਮਣੇ ਤੋਂ ਰੌਂਗ ਸਾਈਡ ਤੋਂ ਟੈਂਕਰ ਆ ਰਿਹਾ ਹੁੰਦਾ ਤੇ ਦੋਵਾਂ ਦੇ ਵਿਚਾਲੇ ਟੱਕਰ ਹੋ ਜਾਂਦੀ ਹੈ ਤੇ ਇਸ ਟੱਕਰ ਦੇ ਵਿੱਚ ਇੱਕ ਕਾਰ ਮਰੂਤੀ ਕਾਰ 800 ਜੋ ਹੁੰਦੀ ਹੈ ਉਹ ਫਸ ਜਾਂਦੀ ਹੈ ਔਰ ਇਸ ਦੇ ਵਿੱਚ ਸੁਨਾਮ ਦੇ ਰਹਿਣ ਵਾਲੇ ਨੀਰਜ ਸਿੰਗਲਾ ਜਿਸ ਦੀ ਉਮਰ 37 ਸਾਲ ਹੈ ਇਹਨਾਂ ਦਾ 4 ਸਾਲ ਦਾ ਪੁੱਤਰ ਮਾਦਵ ਸਿੰਘਲਾ ਲਲਿਤ ਬਾਂਸਲ ਜਿਨ੍ਹਾਂ ਦੀ ਉਮਰ 45 ਸਾਲ ਹੈ ਦਵੇਸ਼ ਜਿੰਦਲ 33 ਸਾਲ ਉਮਰ ਦੀਪਕ ਜਿੰਦਲ 30 ਸਾਲ ਉਮਰ ਹੈ ਵਿਜੇ ਕੁਮਾਰ 50 ਸਾਲ ਉਮਰ ਇਹਨਾਂ ਦੀ ਮੌਤ ਹੋ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਸਰਕਾਰ ਆਉਣ ਤੇ ਗੁਰਦੁਆਰਾ ਸਹਿਬਾਨ ਨੂੰ ਉਖਾੜਨ ਬਾਰੇ ਕਈ ਗੱਲ ਦਾ ਨੋਟਿਸ ਲੈਂਦੇ ਹੋਏ ਇਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅ ਵਿਰੋਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪਰਫੁੱਲਿਤ ਕਰਨ ਦੇ ਲਈ ਗੁਰਦੁਆਰਾ ਸਹਿਬਾਨ ਅੱਜ ਪੂਰੀ ਦੁਨੀਆ ਦੇ ਵਿੱਚ ਸਥਾਪਿਤ ਨੇ ਉਹਨਾਂ ਨੇ ਕਿਹਾ ਕਿ ਗੁਰੂ ਘਰਾਂ ਨੇ ਹਮੇਸ਼ਾ ਹੀ ਦੁਖੀਆਂ ਅਤੇ ਲੋੜਵੰਦਾਂ ਦੀ ਮਦਦ ਕੀਤੀ ਹੈ ਜਦੋਂ ਵੀ ਦੇਸ਼ ਵਿਦੇਸ਼ ਦੇ ਵਿੱਚ ਕੋਈ ਵਿਪਤਾ ਸਾਹਮਣੇ ਆਉਂਦੀ ਹੈ ਤਾਂ ਗੁਰਦੁਆਰਾ ਸਹਿਬਾਨ ਤੇ ਸਿੱਖ ਸੰਸਥਾਵਾਂ ਨੇ ਹਮੇਸ਼ਾ ਮੋਰੀ ਹੋ ਕੇ ਮਾਨਤਾ ਦੀ ਮਾਨਵਤਾ ਦੀ ਬਿਨਾ ਕਿਸੇ ਵਿਤਕਰੇ ਭੇਦ ਭਾਪ ਤੋਂ ਨਿਸ਼ਕਾਮ ਸੇਵਾ ਕੀਤੀ ਹੈ ਤੇ ਅਜੇ ਬਿਆਨ ਗੁਰਦੁਆਰਾ ਸਹਿਬਾਨ ਨੂੰ ਉਖਾੜਨ ਦੇ ਦਿੱਤੇ ਜਾ ਰਹੇ ਹੈ ਬੀਜੇਪੀ ਵੱਲੋਂ ਇਹਨਾਂ ਦੀ ਨਿੰਦਾ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿੰਤ ਸਿੰਘ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਿਆਫਤਾ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਕਮਲਦੀਪ ਕੌਰ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਨੇ ਬਲਵੰਤ ਸਿੰਘ ਰਾਜਵਾਨਾ ਵੱਲੋਂ ਲਿਖਿਆ ਇੱਕ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਸੌਂਪਿਆ ਕਮਲਦੀਪ ਕੌਰ ਵੱਲੋਂ ਜ਼ਥੇਦਾਰ ਤੋਂ ਪਟੀਸ਼ਨ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਕਮਲਦੀਪ ਕੌਰ ਨੇ ਕਿਹਾ ਕਿ ਜ਼ਥੇਦਾਰ ਐਸਜੀਪੀਸੀ ਨੂੰ ਪਟੀਸ਼ਨ ਵਾਪਸ ਲੈਣ ਦੇ ਹੁਕਮ ਜਾਰੀ ਕਰਨ ਦੱਸਦੀ ਕਿ ਐਸਜੀਪੀਸੀ ਵੱਲੋਂ 18 ਸਾਲ ਪਹਿਲਾਂ ਇਹ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਸੀ ਜਿਸ ਤੇ ਬੋਲਦੇ ਹੋਏ ਕਮਲਦੀਪ ਕੌਰ ਨੇ ਕਿਹਾ ਕਿ ਹਾਲੇ ਤੱਕ ਕੋਈ ਵੀ ਠੋਸ ਕਦਮ ਜਾਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ 5 ਵਜੇ ਤੱਕ ਦੀਆਂ ਇਨ੍ਹਾਂ ਖਬਰਾਂ ਦੇ ਵਿੱਚ ਫਿਲਹਾਲ ਇਨਾ ਹੀ ਮੈਨੂੰ ਇਜਾਜ਼ਤ ਧੰਨਵਾਦ